ਆਪਾਂ ਗੱਲ ਕਰਦੇ ਹਾਂ ਛੋਨੇ ਦੇ ਵਿੱਚ ਆਉਣ ਵਾਲੀ ਇੱਕ ਵੱਡੀ ਸਮੱਸਿਆ ਜਿਵੇਂ ਕਿ ਤੇਲਾ ਜਾਂ ਕਾਲੇ ਤੇਲੇ ਦੀ ਰੋਕ ਥੰਮ ਦੇ ਲਈ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਜਰੂਰ ਦਬਿਓ ਤੇਲਾ ਇੱਕ ਵੱਡੀ ਸਮੱਸਿਆ ਹੁੰਦੀ ਹੈ ਜਦੋਂ ਤਕਰੀਬਨ ਛੋਨਾ ਨਿਸਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਹਦੀ ਵੀ ਸਮੱਸਿਆ ਨਾਲ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦਾ ਮੁੱਖ ਕਾਰਨ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਆਪਾਂ ਥੱਲੋਂ ਤਣਾ ਚੈੱਕ ਕਰਦੇ ਹਾਂ ਤਾਂ ਇਹਦੇ ਜਦੋਂ 5 ਤੋਂ 7 ਦਾਣੇ ਇੱਕ ਜਾੜੇ ਤੋਂ ਦਿਸਣ ਲੱਗ ਪੈਣ ਤਾਂ ਆਪਾਂ ਨੂੰ ਸਪਰੇਅ ਕਰਨ ਲਈ ਸਹੀ ਟਾਈਮ ਹੁੰਦਾ ਹੈ। ਵੈਸੇ ਵੀ ਕਈ ਲੋਕ ਹੁਣ ਤੋਂ ਹੀ ਸਪਰੇਅ ਨਾਲ ਕਰਨ ਲੱਗ ਪੈਂਦੇ ਹਨ ਕਿਉਂਕਿ ਬਿਮਾਰੀ ਪਹਿਲੋ ਹੀ ਰੁਕ ਜਾਵੇ। ਤਕਰੀਬਨ ਉਹ ਵੀ ਆਪੋ ਆਪਣੇ ਤਜਰਬੇ ਦੇ ਹਿਸਾਬ ਨਾਲ ਤਕਰੀਬਨ ਠੀਕ ਹੈ। ਪਰ ਇਹਦੇ ਲਈ ਆਪਾਂ ਤਿੰਨ ਤੋਂ ਚਾਰ ਦਵਾਈਆਂ ਜਿਹੜੀਆਂ ਸਭ ਤੋਂ ਵਧੀਆ ਹਨ ਉਹਦੀ ਗੱਲ ਕਰਾਂਗੇ। ਤੇਲੇ ਦੀ ਸਮੱਸਿਆ ਇਦਾਂ ਹੁੰਦੀ ਹੈ ਕਿ ਅੰਡੇ ਦਿਨਾਂ ਵਿੱਚ ਹੀ ਇੰਨੇ ਦਿੰਦਾ ਕਿ ਵੱਧ ਜਾਂਦੇ ਆ ਤੇ ਤਲੀਆਂ ਦੀਆਂ ਤਲੀਆਂ ਹੀ ਤਕਰੀਬਨ ਆਪਣੀਆਂ ਸੁੱਕਣ ਲੱਗ ਜਾਂਦੀਆਂ ਹਨ ਤੇਰੇ ਲਈ ਜੇਕਰ ਦਵਾਈਆਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਕਿਤੇ ਆਪਾਂ ਸੌਲਟ ਤੇ ਕੁਝ ਇੱਕ ਦਵਾਈਆਂ ਦੇ ਨਾਲ ਜਿਵੇਂ 80 ਗ੍ਰਾਮ ਅਸ਼ੀਨ ਜਿਹੜੀ ਕਿ ਯੂਨੀਵਰਸਿਟੀ ਵੱਲੋਂ ਰეკਮੈਂਡ ਕੀਤੀਆਂ ਗਈਆਂ ਹਨ 80 ਗ੍ਰਾਮ ਅਸ਼ੀਨ ਤੇ ਟੋਕਨ 20 ਐਸਜੀ ਵਾਲੀ ਇਹਦੇ ਵਿੱਚ ਸੌਲਟ ਹੁੰਦਾ ਹੈ ਡਾਈਨੋਟਰਾਫੋਨ ਉਸ ਤੋਂ ਇਲਾਵਾ 120 ਗ੍ਰਾਮ ਚੈਸ 50 ਡਬਲਯੂਜੀ ਵਾਲੀ ਜਿਹਦੇ ਵਿੱਚ ਪਾਈ ਮੈਟਰੋਜਨ ਸాల్ਟ ਨਾਮ ਦਾ ਹੁੰਦਾ ਹੈ ਇਸ ਤੋਂ ਇਲਾਵਾ 94 ਮਿਲੀਲੀਟਰ ਪੈਕਸਨੋਲ ਤੇ 10 ਈਸੀਜੀ ਵਾਲੀ ਤੇ ਇਸ ਤੋਂ ਇਲਾਵਾ ਵੀ ਦੋ ਤਿੰਨ ਦਵਾਈਆਂ ਦੇ ਸాల్ਟ ਹਨ ਜਿਵੇਂ ਕਿ 80 ਮਿਲੀਲੀਟਰ ਐਕਾਲੈਕਸ ਕੁਇਨਗਾਰਡ ਜਾਂ ਕੁਇਨਮਾਸ 25 ਈਸੀਜੀ ਤੇ ਟਾਟਾ ਤੇ ਬਸਫ ਅਟਾ ਤੇ ਬਸਫ ਵਾਲਿਆਂ ਦੀਆਂ ਵੀ ਥਿੱਲੇ ਤੋਂ ਦਵਾਈਆਂ ਵਧੀਆ ਦੱਸੀਆਂ ਜਾਂਦੀਆਂ ਹਨ ਪਰ ਆਪਾਂ ਉਹਨਾਂ ਦਵਾਈਆਂ ਦੀ ਗੱਲ ਕੀਤੀ ਜਿਹੜੀ ਆਪਾਂ ਵਰਤੀਆਂ ਹੋਈਆਂ ਜੇਕਰ ਕਿਸੇ ਨੇ ਨਾ ਵਿੱਚ ਕੋਈ ਵਰਤੀ ਹੋਵੇ ਤਾਂ ਜਰੂਰ ਦੱਸਿਓ ਤੇ ਇਸ ਵਾਰ ਤੁਸੀਂ ਕਿਹੜੀ ਵਰਤ ਰਹੇ ਹੋ ਜਾਂ ਵਰਤਣ ਦੀ ਸਲਾਹ ਹੈ ਉਹ ਵੀ ਦੱਸਿਓ ਤੇ ਤੁਹਾਡਾ ਕਿਹੋ ਜਿਹਾ ਤਜਰਬਾ ਹੈ ਇਹਨਾਂ ਦਵਾਈਆਂ ਬਾਰੇ ਉਹ ਵੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਧੰਨਵਾਦ